ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ। ਸਾਡੀ ਦੁਆ ਸਾਡੇ ਭੈਣ ਭੈਣ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆਨਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਅੱਜ ਸਾਡੀ ਛੋਟੀ ਸਿਸਟਰ ਦੀ ਸ਼ਾਦੀ ਹੈ ਔਰ ਅਸੀਂ ਵੀ ਤਿਆਰ ਹੋ ਕੇ ਜਾ ਰਹੇ ਹੋਏ ਉੱਧਰ ਸ਼ਾਦੀ 'ਤੇ, ਔਰ ਹੁਣ ਜਾ ਰਹੇ ਹਾਂ ਜੀ ਉੱਧਰ। ਬਰਾਤ ਆ ਰਹੀ ਹੋਈ ਹੈ, ਇੰਤਜ਼ਾਰ ਕਰ ਰਹੇ ਹਾਂ ਬਰਾਤ ਦਾ। ਚਲੀਏ ਜੀ। ਚਲੋ ਜੀ, ਠੀਕ ਹੋਊਗਾ ਜੀ, ਜਾ ਰਹੇ ਹੋਏ ਜੀ। ਬਾਕੀ ਜੋ ਵੀ ਸੀਨ ਹੋਏਗਾ ਆਪਣੇ ਭੈਣ ਭੈਣ ਸ਼ੇਅਰ ਕਰਾਂਗੇ। ਕੁਛ ਇਸ ਤਰ੍ਹਾਂ ਜੀ ਕਿ ਸਾਰੇ ਕੰਮਾਂ ਤੋਂ ਮਾਸ਼ਾਅੱਲਾ ਅਲਹਮਦੁਲਿਲਾ ਹੋ ਚੁੱਕੇ ਹਾਂ ਜੀ ਵਿਹਲੇ, ਔਰ ਕਿਉਂਕਿ ਪਹਿਲੇ ਅੱਬੂ ਹੁਣੀ ਗਏ ਹੋਏ ਸੀਗੇ ਉਮਰੇ 'ਤੇ, ਜੇ ਅੱਬੂ ਹੁਣੀ ਵਾਪਸ ਆਏ ਤਾਂ ਫਿਰ ਨਾਲ ਹੀ ਸ਼ਾਦੀ ਦਾ ਪ੍ਰੋਗਰਾਮ ਰੱਖ ਲਿਆ ਸਿਸਟਰ ਦੀ, ਤਾਂ ਸ਼ਾਦੀ ਦੇ ਵਿਹਲੇ ਹੋ ਚੁੱਕੇ ਹਾਂ ਔਰ ਆਪਣੇ ਕੰਮ ਦੀ ਤਿਆਰੀ ਕਰਦੇ ਹਾਂ। ਕਿਉਂਕਿ ਜਿਹੜਾ ਮੈਂ ਆਪਣੇ ਭੈਣ ਭੈਣ ਵਾਅਦਾ ਕੀਤਾ ਹੋਇਆ ਸੀਗਾ ਕਿ ਘਰ ਦਾ ਕੰਮ ਅਸੀਂ ਸ਼ੁਰੂ ਕਰ ਰਹੇ ਹੋਏ ਹਾਂ, ਅਤੇ ਉੱਧਰ ਅੱਜ ਇੱਟ ਦੀ ਟਰੈਲੀ ਜਿਹੜੀ ਉਹ ਆ ਰਹੀ ਹੋਈ ਹੈ। ਚੱਲਦੇ ਹਾਂ, ਚੱਲ ਕੇ ਦੇਖਦੇ ਹਾਂ ਵੀ ਇੱਟ ਔਰ ਕਿਹੜੀ ਜਗ੍ਹਾ 'ਤੇ ਲਵਾਉਣੀ ਹੈ ਔਰ ਇੱਟ ਕਿਸ ਤਰ੍ਹਾਂ ਦੀ ਆ ਰਹੀ ਹੈ, ਸਾਰਾ ਕੁਛ ਅੱਜ ਦਾ ਉਸ ਫੈਮਿਲੀ ਦਾ ਵੀ ਆਪਣੇ ਭੈਣ ਭੈਣ ਸ਼ੇਅਰ ਕਰਦੇ ਹਾਂ ਜੀ। ਅੱਛਾ ਜੀ, ਪਹੁੰਚੇ ਹੋਏ ਹਾਂ ਇੱਧਰ ਜਿੱਧਰਲੀ ਸਾਈਡ 'ਤੇ ਇੱਟ ਸਾਡੀ ਆ ਰਹੀ ਹੋਈ ਹੈ, ਅਤੇ ਇੱਧਰ ਸਾਈਡ 'ਤੇ ਜਿੱਧਰਲੀ ਸਾਈਡ 'ਤੇ ਪਹਿਲੇ ਮੈਂ ਰਹਿ ਕੇ ਗਿਆ ਕਿਰਾਏ 'ਤੇ, ਇੱਧਰ ਵਾਲੀ ਸਾਈਡ 'ਤੇ ਜੀ ਉਹ ਸਾਹਮਣੇ ਕੋਨੇ ਦਾ ਨਾਲ ਵਾਲਾ ਘਰ ਸੀਗਾ, ਔਰ ਇਹ ਸਾਰੀਆਂ ਪਹਿਲੀਆਂ ਬਾਗ ਵਗੈਰਾ ਜਿਹੜੇ ਹੈਗੇ ਸੀਗੇ ਅਗਲੀ ਸਾਈਡ 'ਤੇ ਸਾਰਾ ਪੱਟਿਆ ਗਿਆ, ਉੱਥੋਂ ਜੀ ਬਾਗ ਖਤਮ ਹੋ ਚੁੱਕੀ ਆ ਔਰ ਗੰਦਮ ਦੀ ਕਟਾਈ ਤਕਰੀਬਨ ਹੀ ਸਾਰੀ ਫਾਈਨਲ ਹੋ ਚੁੱਕੀ ਹੈ ਜੀ। ਆਹ ਸਾਹਮਣੇ ਸਾਹਮਣੇ ਜਿੰਨੀ ਗੰਦਮ ਖੜੀ ਸੀ ਜੀ, ਸਾਰੀ ਜਿਹੜੀ ਗੰਦਮ ਆ ਇਹ ਖਤਮ ਹੋ ਚੁੱਕੀ ਹੈ ਜੀ, ਕਟਾਈ ਹੋ ਗਈ ਸਾਰੀ ਗੰਦਮ ਦੀ। ਔਰ ਸਾਹਮਣੇ ਸਾਈਡ 'ਤੇ ਹਾਰਵੈਸਟਰ ਫਿਰਿਆ ਜੀ ਇਸ ਜਗ੍ਹਾ ਦੇ ਉੱਪਰ, ਔਰ ਹਾਰਵੈਸਟਰ ਦੇ ਨਾਲ ਸਾਰੀ ਗੰਦਮ ਦੀ ਜਿਹੜੀ ਕਟਾਈ ਇਹ ਹੋ ਚੁੱਕੀ ਹੈ ਜੀ। ਇਹ ਪੂਰੇ ਮੁਰੱਬੇ ਦੇ ਵਿੱਚ ਹਾਰਵੈਸਟਰ ਫਿਰਿਆ ਜੀ ਇਸ ਮੁਰੱਬੇ ਦੇ ਵਿੱਚ, ਔਰ ਕੁਛ ਵਾਢੇ ਗੰਦਮ ਦੀ ਕਟਾਈ ਵਾਲੇ ਉਹ ਸਾਹਮਣੇ ਲੱਗੇ ਹੋਏ ਆ ਜੀ, ਇਹ ਲੱਗੇ ਹੋਏ ਆ ਕੁਛ, ਉਹ ਸਾਹਮਣੇ ਅਗਲੀ ਸਾਈਡ 'ਤੇ ਲੇਬਰ ਲੱਗੀ ਹੋਈ ਆ, ਇਹ ਲੇਬਰ ਬਾਹਰ ਦੀ ਆਈ ਹੋਈ ਆ ਪਿੰਡ ਦੇ ਵਿੱਚ। ਔਰ ਸਾਡੀ ਇੱਟ ਵੀ ਆ ਚੁੱਕੀ ਹੈ ਜੀ, ਸਾਹਮਣੇ ਸਾਡੀ ਇੱਟ ਦੀ ਟਰੈਲੀ ਜਿਹੜੀ ਆ ਰਹੀ ਹੋਈ ਹੈ। ਫਰਸ਼ਰ ਅੱਗੇ ਹੋ ਕੇ ਉਹਨਾਂ ਨੂੰ ਇਸ਼ਾਰਾ ਕਰ ਵੀ ਅਗਲੇ ਇੱਥੇ ਨਾਲ ਲਾ ਕੇ ਨਾ ਸਿੱਧੀ ਨਾਲ ਲਾ ਕੇ, ਤਾਂ ਉੱਥੇ ਪਿੱਛੇ ਕਲਟੀ ਕਰਨੀ ਹੈ, ਫਿਰ ਇੱਕ ਵਾਰੀ ਟਰਾਲੀ ਉੱਥੇ ਖੜਾ ਰਹੇਗਾ ਸਿੱਧੀ ਲਿਆ ਕੇ। ਫਰਸ਼ਰ ਉੱਤੇ ਚੜ੍ਹ ਕੇ ਇੱਟ ਚੈੱਕ ਕਰਕੇ ਕਿਹੜਾ ਨੰਬਰ ਆ ਪਲੈਟ ਦਾ, ਜਲਦੀ ਜਲਦੀ ਕਲਟੀ ਕਰ, ਟਰਾਲੀ ਕਲਟੀ ਕਰ, ਫਟਾਫਟ ਟਾਇਰ ਪੈਂਚਰ ਹੋ ਗਿਆ ਤੇਰਾ, ਨੁਕਸਾਨ ਹੋ ਗਿਆ ਜੀ ਖਾਨ ਭਾਈ ਦਾ, ਇੱਧਰ ਟਰਾਲੀ 'ਤੇ ਪਹੁੰਚ ਗਈ ਹੈ। ਠੀਕ ਆ, ਤੁਹਾਨੂੰ ਅਭੀ ਕਿਆ ਹੋਗਾ, ਟਾਇਰ ਪੈਂਚਰ ਹੋ ਗਿਆ, ਅਭੀ ਕਿਆ ਹੋਗਾ। ਟਾਇਰ ਪੰਚਰ ਹੋ ਗਿਆ,
ਅੱਛਾ ਜੀ, ਇੱਟ ਉੱਤਰ ਚੁੱਕੀ ਆ, ਖਨ ਬਾਈ ਦਾ ਹੋ ਗਿਆ ਜੀ ਟਰੈਕਟਰ ਦਾ ਪਿਛਲਾ ਟਾਇਰ ਪੈਂਚਰ, ਅਗਲਾ ਟਾਇਰ ਪੈਂਚਰ ਹੋ ਜਾਵੇ ਤਾਂ ਟੈਨਸ਼ਨ ਨਹੀਂ ਹੈਗੀ, ਪਿਛਲਾ ਟਾਇਰ ਪੈਂਚਰ ਹੋ ਜਾਵੇ ਤੁਹਾਨੂੰ ਬਹੁਤ ਟੈਨਸ਼ਨ ਬਣਦੀ ਹੈ। ਖਨ ਬਾਈ ਦੇਖ ਲਓ ਅਗਰ ਪੁੱਲ 'ਤੇ ਪਹੁੰਚ ਜਾਂਦੀ ਟਰੈਲੀ ਤਾਂ ਠੀਕ ਹੈ, ਨਹੀਂ ਤਾਂ ਇੱਥੋਂ ਪਿੰਡ 'ਚ ਲਵਾ ਲਓ ਪੈਂਚਰ। ਗੁਲਾਮ ਨੂੰ ਵੀ ਹਰ ਟਾਈਮ ਬੈਠਾ ਹੁੰਦਾ ਉਸ ਜਗ੍ਹਾ 'ਤੇ ਉੱਪਰ। ਜਲਦੀ ਜਲਦੀ ਲੈ ਕੇ ਨਿਕਲਦਾ ਕਹਿੰਦਾ ਇਸਨੂੰ, ਪਹੁੰਚ ਜਾਣਾ ਜੇ ਪਹੁੰਚ ਜਾਵੇ ਤਾਂ ਠੀਕ ਹੈ ਵੀਰ ਜੀ, ਅੱਗੇ ਕਰ ਲਓ। ਹਾਂਜੀ ਰਸਤਾ ਸਾਫ਼ ਕਰ ਲਓ ਨਾ, ਅੱਗੇ ਵੀ ਰਸਤੇ ਵਿੱਚ ਨਾ ਆਵੇ, ਅਗਲੀ ਸਾਈਡ 'ਤੇ ਰਸਤੇ 'ਚ ਨਾ ਆਵੇ, ਸਾਫ਼ ਕਰ ਲਓ। ਪਠਾਣ ਇੱਟ ਸਹੀ ਲੈ ਕੇ ਆਉਂਦੇ ਆ, ਰਸਤੇ ਸਾਫ਼ ਕਰ ਲਓ, ਰਾਤ ਚੱਕ ਕੇ ਇੱਟ ਜਿਹੜੀ ਨਾ ਅੰਦਰ ਲੈ ਜਾਓ ਉੱਧਰ ਵਾਲੀ ਸਾਈਡ 'ਤੇ, ਤਾਂ ਕਿ ਬਾਹਰ ਵਾਲੀ ਸਾਈਡ ਤੋਂ ਕੋਈ ਬੰਦਾ ਇੱਟ ਜਿਹੜੀ ਉੱਥੇ ਜਾਂਦਾ ਹੁੰਦਾ ਰੇਹੜੀ 'ਤੇ ਵੀ ਚੱਕ ਕੇ ਨਾ ਲੈ ਜਾਓ, ਰੇਹੜੀਆਂ ਵੀ ਲੰਘਦੀਆਂ ਤਾਂ ਗੁਜ਼ਰ ਹੈਗਾ ਕਿ ਇੱਕ ਦੋ ਟਾਈਮ ਚੱਕ ਰੇਹੜੀ 'ਤੇ ਰੱਖਣ ਲੱਗੇ ਕਿਤੇ ਫਰਕ ਜਾਂਦਾ। ਬੱਚਿਆਂ ਦਾ ਕਿਹੜਾ ਪਤਾ ਹੁੰਦਾ ਰੇਹੜੀ 'ਤੇ ਲੰਘਦੇ ਟੱਪਦੇ ਬੱਚੇ, ਰੇਹੜੀ ਦੇ ਨਾਲ ਰੇਹੜੀਆਂ ਦਾ ਗੁਜ਼ਰ ਹੈਗਾ, ਮੈਂ ਕਿਹਾ ਤੁਹਾਡੇ ਕੋਲੋਂ ਦੀ ਇੱਥੋਂ ਦੀ, ਕਿਉਂਕਿ ਸਾਡੀ ਇਸ ਟਾਈਮ ਇੱਕ ਇੱਕ ਇੱਟ ਕੀਮਤੀ ਆ ਸਾਡੀ। ਸਭ ਐਮਬੀਅਨ ਸਾਹਮਣੇ ਆ ਜੀ, ਏ ਵਨ ਇੱਟ ਜਿਹੜੀ ਮਸਜਿਦ ਵਿੱਚ ਵੀ ਸਾਡੀ ਏ ਵਨ ਇੱਟ ਲੱਗੀ ਆ, ਔਰ ਇੱਥੇ ਵੀ ਏ ਵਨ ਇੱਟ ਮੰਗਵਾਈ ਹੈ, ਕਿਉਂਕਿ ਏ ਵਨ ਇੱਟ ਇਹਦੀ ਪਕਾਈ ਬਹੁਤ ਅੱਛੀ ਹੈ ਇੱਟ ਦੀ, ਏ ਵਨ ਦੀ ਜੀ। ਔਰ ਖੁਸ਼ ਹੋ ਗਏ ਬੱਚੇ ਨਿੱਕੇ ਨਿੱਕੇ ਦੇਖ ਕੇ ਇੱਟ ਜੀ। ਠੀਕ ਹੈ ਵੀਰ, ਇਹ ਤੁਸੀਂ ਇੱਟ ਚੱਕ ਕੇ ਅੰਦਰ ਰੱਖੋ, ਉੱਧਰ ਨਾ ਟਰਾਲੀ ਮੇਰੇ ਵਾਲੀ ਸਾਈਡ ਤੋਂ ਲਿਆਓ, ਲਿਆ ਕੇ ਅਤੇ ਨਹੀਂ ਉਹ ਆਪਣਾ ਕੰਮ ਕਰ ਆਓ, ਤੁਸੀਂ ਕੰਮ ਕਰਕੇ ਆਣ ਕੇ ਰਾਤ ਨੂੰ ਤੁਸੀਂ ਅੰਦਰ ਕਰ ਲਓ ਉੱਧਰ ਵਾਲੀ ਸਾਈਡ 'ਤੇ, ਠੀਕ ਹੈ ਨਾ। ਅੰਦਰ ਵਾਲੀ ਸਾਈਡ 'ਤੇ ਇੱਟ ਕਿੱਥੇ ਰੱਖਣੀ, ਅੰਦਰ ਚੱਲਦੇ ਉਹ ਵੀ ਤੁਹਾਨੂੰ ਮੈਂ ਦੱਸਦਾ ਵੀ ਇੱਟ ਕਿਹੜੀ ਜਗ੍ਹਾ 'ਤੇ ਰੱਖਣੀ, ਆ ਜਾਓ ਤਾਂ ਕਿ ਬਾਅਦ 'ਚ ਤੁਹਾਨੂੰ ਉਸ ਟਾਈਮ ਵੀ ਟੈਨਸ਼ਨ ਨਾ ਬਣੇ ਜਿਸ ਟਾਈਮ ਤੁਸੀਂ ਅੰਦਰ ਚੜ੍ਹਾਈ ਲਾਉਣੀ ਹੈ, ਠੀਕ ਹੈ ਨਾ। ਕਿਉਂਕਿ ਫਿਲਹਾਲ ਇਹਨਾਂ ਨੂੰ ਮੋਟਰ ਵੀ ਲਗਵਾ ਕੇ ਦੇਣੀ ਹੈ, ਮੋਟਰ ਦਾ ਵੀ ਹਿਸਾਬ ਕਿਤਾਬ ਲਾਉਂਦੇ ਹਾਂ, ਕਿਉਂਕਿ ਮੋਟਰ ਲੱਗਣੀ ਹੈ ਅਤੇ ਫਿਰ ਅਗਲਾ ਕੰਮ ਚੱਲਣਾ ਜੀ। ਚੱਲਦੇ ਹਾਂ ਜੀ ਅੰਦਰ ਵਾਲੀ ਸਾਈਡ 'ਤੇ ਚੱਲ ਕੇ, ਅਤੇ ਇਹਨਾਂ ਵੀਰਾਂ ਨੂੰ ਦੱਸਦੇ ਹਾਂ ਕਿ ਇੱਟ ਤੁਸੀਂ ਕਿਸ ਜਗ੍ਹਾ ਦੇ ਉੱਪਰ ਲਿਆ ਕੇ ਰੱਖ ਲਓ, ਤਾਂ ਕਿ ਇਹਨਾਂ ਨੂੰ ਬਾਅਦ ਵਿੱਚ ਇੱਟ ਚੱਕ ਕੇ ਅੱਗੇ ਪਿੱਛੇ ਨਾ ਕਰਨੀ ਪਵੇ। ਇਹ ਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਨਾ, ਇਹ ਗਲੀ ਇਹਨਾਂ ਦੀ ਤਕਰੀਬਨ ਸਾਹਮਣੇ ਇਹਨਾਂ ਦੀ ਜ਼ਮੀਨਾਂ ਇਸ ਸਾਈਡ 'ਤੇ, ਗਲੀ ਇਹਨਾਂ ਦੀ ਇੱਥੇ ਰਹਿਣੀ ਆ, ਔਰ ਜਿਹੜਾ ਇਹਨਾਂ ਦਾ ਘਰ ਦਾ ਪਟੀਸ਼ਨ ਹੈਗਾ ਉਹ ਵੀ ਬਸ ਨਾਰਮਲੀ ਰੱਖਣਾ, ਕਿ ਬਹੁਤ ਜ਼ਿਆਦਾ ਉੱਪਰ ਨਹੀਂ ਰੱਖਣਾ ਹੈਗਾ ਜੀ। ਅੱਛਾ ਜੀ, ਅਗਲੀ ਸਾਈਡ 'ਤੇ ਆ ਗਿਆ ਘਰ ਵਾਲੀ ਸਾਈਡ 'ਤੇ, ਔਰ ਇਸ ਬਾਈ ਨੂੰ ਦੱਸਿਆ ਕਿ ਇਹਨਾਂ ਦੀ 3.5 ਮਰਲੇ ਜਗ੍ਹਾ ਬਚਦੀ ਹੈ, ਬਣਦੀ ਹੈ, ਔਰ 3 ਮਰਲੇ ਹੀ ਇਹਨਾਂ ਨੂੰ ਮਿਲਣੀ ਹੈ ਜੀ। 3.5 ਮਰਲੇ ਬਣਦੀ, ਲੇਕਿਨ 3 ਮਰਲੇ ਇਹਨਾਂ ਨੂੰ ਜਗ੍ਹਾ ਮਿਲਣੀ ਹੈ। ਅਤੇ ਇਹ ਜਿਹੜਾ ਕਮਰਾ ਬਣਿਆ ਹੋਇਆ, ਇਹ ਕਮਰੇ ਦੀ ਸਿਹਤ ਇੱਕ ਇੱਕ ਕਮਰਾ ਇਹਨਾਂ ਦਾ ਆਉਣਾ, ਇਹਦਾ ਵੀ ਇੱਕ ਕਮਰਾ ਆਉਣਾ, ਦੂਸਰਾ ਇਹਦਾ ਵੀ ਇੱਕ ਕਮਰਾ ਆਉਣਾ। ਔਰ ਇਹਨੂੰ ਦੱਸਿਆ ਕਿ ਤੁਸੀਂ ਆਪਣੀ ਇੱਟ ਜਿਹੜੀ ਹੈਗੀ ਨਾ ਇੱਧਰ ਇਹ ਕਮਰੇ ਢਾ ਕੇ ਇਹੀ ਇੱਟ ਸਾਰੀ ਨੀਂਹਾਂ ਦੇ ਵਿੱਚ ਲਗਾਵਾਂਗੇ, ਔਰ ਆਪਣੀ ਇੱਟ ਜਿਹੜੀ ਇੱਥੇ ਅਗਲੀ ਸਾਈਡ ਦੇ ਉੱਪਰ ਫਰੰਟ ਵਾਲੀ ਸਾਈਡ 'ਤੇ ਰੱਖ ਲੈਣ, ਤਾਂ ਕਿ ਇੱਧਰ ਪਿੱਛੇ ਨੀਂਹਾਂ ਭਰਨ ਲੱਗਿਆਂ ਸਾਨੂੰ ਕੋਈ ਟੈਨਸ਼ਨ ਨਾ ਬਣੇ। ਔਰ ਨੀਂਹਾਂ ਦੇ ਜਿਹੜੀ ਫਿਲਿੰਗ ਹੋਣੀ ਹੈ ਉਹ ਵੀ ਨਾਰਮਲੀ ਰੱਖਣੀ ਹੈ, ਕਿ ਬਹੁਤੀ ਜ਼ਿਆਦਾ ਨਹੀਂ ਰੱਖਣੀ ਹੈਗੀ ਜੀ। ਔਰ ਠੀਕ ਹੈ ਫਿਰ ਇੱਟ ਅੱਜ ਲਿਆ ਕੇ ਅੰਦਰ ਰੱਖ ਲਓ, ਫਿਰ ਇਨਸ਼ਾਅੱਲਾ ਜਿੱਦਾਂ ਤੁਸੀਂ ਇੱਧਰੋਂ ਵਿਹਲੇ ਹੁੰਦੇ ਨਾ, ਕਿ ਇੱਕ ਅੱਧੀ ਇੱਟ ਦੀ ਟਰਾਲੀ ਹੋਰ ਵੀ ਬਣ ਪਈ, ਅਗਰ ਰਿਕੁਐਸਟ ਕਰਦੇ ਹਾਂ ਜਿੱਦਾਂ ਕਿ ਇੱਕ ਦੋ ਟਰਾਲੀਆਂ ਇੱਟਾਂ ਦੀ ਹੋਰ ਮਿਲਦੀਆਂ ਸਾਨੂੰ ਦੇ ਕੇ, ਤਾਂ ਫਿਰ ਇਨਸ਼ਾਅੱਲਾ ਲੈ ਕੇ ਇੱਟ 'ਤੇ ਆਪਾਂ ਕੰਮ ਸ਼ੁਰੂ ਕਰਦੇ ਹਾਂ। ਤੁਸੀਂ ਵੀ ਇੱਧਰੋਂ ਵਾਢੀ ਲਓ, ਵਿਹਲੇ ਹੋ ਲਓ, ਠੀਕ ਹੈ। ਬੱਬੀ ਵੀ ਗਿਆ ਹੋਇਆ ਥਰੈਸ਼ਰ 'ਤੇ? ਚਲੋ ਬਸ ਠੀਕ ਹੈ, ਇਸ ਬਾਈ ਨੂੰ ਵੀ ਮੈਂ ਲੈ ਕੇ ਆਇਆ ਜੀ, ਧੜ ਬਣਾ ਰਿਹਾ ਸੀਗਾ, ਰਾਤ ਥਰੈਸ਼ਰ 'ਤੇ ਸੀਗਾ, ਔਰ ਅੱਜ ਧੜ ਬਣਾ ਰਿਹਾ, ਸੋ ਧੜ ਤੋਂ ਲੈ ਕੇ ਆਇਆ, ਤੂੜੀ ਦੀ ਧੜ ਬਣਾ ਰਹੇ ਹੋਏ ਸੀਗੇ। ਔਰ ਠੀਕ ਹੋ ਗਿਆ ਵੀਰ ਜੀ, ਕਰੋ ਤੁਸੀਂ ਆਪਣਾ ਕੰਮ ਕਰੋ, ਔਰ ਇੱਟ ਨੂੰ ਅੱਜ ਰਾਤ ਚੱਕ ਕੇ ਨਾ ਟਰਾਲੀ ਉੱਧਰ ਮੇਰੇ ਲਿਆਓ, ਲਿਆ ਕੇ ਅਤੇ ਇੱਥੇ ਤੁਸੀਂ ਨਾ
ਵਾਪਸੀ ਫਿਰ ਆ ਜਾਂਦਾ ਵਾ ਵੱਡਾ ਭਾਈ ਜੀ ਸਹੀ ਹੋ ਗਿਆ ਟੈਲੀ ਉਧਰ ਮੇਰਾ ਘਰ ਪਈ ਟੈਲੀ ਉਧਰ ਮੇਰਾ ਲੈ ਆਈ ਠੀਕ ਹੋ ਗਿਆ ਜੀ ਓਕੇ।